स्वागत है तुहाडे सारिआं दा हैडलाइन कैनेडा दी अज दी खास पेशकश दे विच। साडे अज दे मेहमान हन ऑनरेबल उज्जल देव सिंह दोसांझ, जो कैनेडा दे फैडरल कैबिनेट मिनिस्टर दे नाल नाल कैनेडा दे प्रोविंस ब्रिटिश कोलंबिया दे फर्स्ट साउथ एशियन प्रीमियर वी रहे हन। उज्जल देव सिंह दोसांझ एक लॉयर अते एक राइटर भी हन। I have introduced you as a writer, as a lawyer, but I think we all know that you will always be recognized as a first South Asian premier in Canada. We would like to know what forced you to move out of India and fir rajneeti de vich itthe aake shamil hon da man kis tarah baniya? When I was growing up after independence, many of us were looking at people that used to return from mainly England, not many other places, after many years of having gone abroad. ਉਹ ਆਉਂਦੇ ਹੁੰਦੇ ਸੀ, ਉਹਨਾਂ ਕੋਲ ਟੈਰਾਲੀਨ ਵਗੈਰਾ ਦੀਆਂ ਨਾਇਲੋਨ ਦੀਆਂ ਸ਼ਰਟਸ ਵਗੈਰਾ ਪਾਈਆਂ ਹੁੰਦੀਆਂ ਸੀ, ਸੂਟ ਸੋਹਣੇ ਹੁੰਦੇ ਸੀ, ਇੱਦਾਂ ਲੱਗਦਾ ਸੀ ਵੀ ਬਹੁਤ ਪੈਸੇ ਖੁਸ਼ਹਾਲੀ ਵਾਲਾ ਮੁਲਕ ਹੈ ਜਿੱਥੋਂ ਆਏ ਆ। ਅਤੇ ਹਿੰਦੁਸਤਾਨ ਗਰੀਬ ਮੁਲਕ ਸੀ, ਸਾਡਾ ਪਰਿਵਾਰ ਵੀ ਇੰਨਾ ਕੋਈ ਅਮੀਰ ਨਹੀਂ ਸੀ, ਥੋੜ੍ਹਾ ਜਿਹਾ ਖੇਤ ਸੀ ਦੋ ਭਰਾਵਾਂ ਕੋਲ, ਮੇਰੇ ਤਾਇਆ ਜੀ ਕੋਲ ਅਤੇ ਮੇਰੇ ਪਿਤਾ ਜੀ ਕੋਲ। ਅਤੇ ਸਾਰੇ ਗਰੀਬੀ ਤੋਂ ਨੱਠਣਾ ਚਾਹੁੰਦੇ ਆ, ਅਤੇ ਦੂਜੇ ਨਾਲ ਨਾਲ ਮੇਰੇ ਪਿਤਾ ਜੀ ਬਹੁਤ ਸਖਤ ਸਨ, ਅਤੇ ਮੈਂ ਉਹਨਾਂ ਦੇ ਚਲਾਇਆ ਉਸ ਸਕੂਲ 'ਚ ਪੜ੍ਹਿਆ ਸੀ ਐਕਚੁਲੀ 6ਵੀਂ ਤੋਂ 10ਵੀਂ ਤਾਈਂ। ਅਤੇ ਲੇਕਿਨ ਉਹ ਬੜੇ ਸਖਤ ਇੰਡੀਵਿਜੁਅਲ ਸਨ, ਅਤੇ ਉਹ ਵੀ ਜੀ ਕਰਦਾ ਸੀ ਥੋੜ੍ਹਾ ਜਿਹਾ ਦੂਰ ਹੋਵਾਂਗੇ ਅਤੇ ਆਜ਼ਾਦੀ ਮਿਲੂਗੀ। ਅਤੇ ਮੈਂ ਫਿਰ ਇੱਕ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਦਾਖਲਾ ਲੈ ਲਿਆ ਸੀ ਇੰਗਲੈਂਡ ਦੇ ਵਿੱਚ, ਚਿੱਠੀ ਪਾ ਕੇ ਉਹਨਾਂ ਦੀ ਪਿੱਠ ਪਿੱਛੇ। ਤਾਂ ਜਦੋਂ ਦਾਖਲਾ ਆ ਗਿਆ ਉਹਨਾਂ ਨੇ ਫੜ ਲਿਆ, ਉਹਨੂੰ ਫਿਰ ਚੋਰੀ ਫੜ ਹੋ ਗਈ। ਅਤੇ ਫਿਰ ਉਹਨਾਂ ਨੇ ਮੈਨੂੰ ਵੱਡੇ ਭਰਾ ਨੂੰ ਕਹਿ ਕੇ ਉਹਨਾਂ ਨੂੰ ਪਰਸੂਏਡ ਕੀਤਾ ਕਿ ਮੈਨੂੰ ਇੰਗਲੈਂਡ ਜਾ ਲੈਣ ਦੇਣ। ਆਪਾਂ ਸਾਰੇ ਹੀ ਇਕਨੋਮਿਕ ਇਮੀਗ੍ਰੈਂਟ ਹਾਂ। ਹੁਣ ਥੋੜ੍ਹੇ ਦੇਰ ਤੋਂ ਕੁਛ ਲੋਕ ਆਉਣ ਲੱਗੇ ਆ ਇੰਡੀਆ 'ਚੋਂ, ਜਿਹੜੇ ਸਕਿੱਲਡ ਲੋਕ ਨੇ, ਪ੍ਰੋਫੈਸ਼ਨਲਸ ਨੇ, ਜਾਂ ਬਿਜ਼ਨਸਮੈਨ ਜਾਂ ਅਮੀਰ ਲੋਕ ਨੇ। ਨਹੀਂ ਤਾਂ ਸਾਡੇ ਵਾਲੇ ਲੋਕ ਸਧਾਰਨ ਪਿੰਡਾਂ ਤੋਂ, ਸ਼ਹਿਰਾਂ ਤੋਂ ਆਉਂਦੇ ਸੀ £7 ਜਾਂ $7 ਲੈ ਕੇ ਉਹਨਾਂ ਜ਼ਮਾਨਿਆਂ ਦੇ ਵਿੱਚ। ਅਤੇ ਮੈਂ ਫਿਰ ਇੰਗਲੈਂਡ ਇਸ ਤਰੀਕੇ ਨਾਲ ਆਇਆ। ਇਨ ਲੇਟ 60s ਜਦੋਂ ਤੁਸੀਂ UK ਤੋਂ ਕੈਨੇਡਾ ਆਏ, ਆਉਣ ਦੇ ਕੁਛ ਟਾਈਮ ਬਾਅਦ ਹੀ ਤੁਸੀਂ ਰਾਜਨੀਤੀ ਦੇ ਵਿੱਚ ਜੋ ਹੈ ਸ਼ਾਮਿਲ ਹੋਏ, ਪਰ ਵਰ ਯੂ ਨੈਵਰ ਨਰਵਸ ਔਰ ਨੈਵਰ ਸਕੇਅਰਡ? ਤੁਸੀਂ ਕਦੀ ਸੋਚਿਆ ਨਹੀਂ ਕਿ ਆਮ ਨੋਟ ਬੋਰਨ ਹੇਅਰ, ਆਮ ਨੋਟ ਰੇਜ਼ਡ ਹੇਅਰ, ਵਾਈ ਵੁੱਡ ਕੈਨੇਡੀਅਨਸ ਇਲੈਕਟ ਮੀ ਐਜ਼ ਦੇਅਰ ਲੀਡਰ? ਜੇ ਅਸੀਂ ਉਸ ਟਾਈਮ ਦੀ ਰਾਜਨੀਤੀ ਦੀ ਗੱਲ ਕਰੀਏ ਔਰ ਜੇ ਅਸੀਂ ਅੱਜ ਦੀ ਰਾਜਨੀਤੀ ਦੀ ਗੱਲ ਕਰੀਏ, ਤਾਂ ਕਿੰਨਾ ਕੁ ਫਰਕ ਹੈਗਾ ਪੋਲੀਟਿਕਸ ਦੇ ਵਿੱਚ? ਮੈਨੀ ਪੀਪਲ ਆਰ ਪੋਲੀਟੀਕਲ ਟੂ ਬਿਗਿਨ ਵਿਦ। When you say enter politics, we actually mean ਅਸੀਂ ਇਲੈਕਸ਼ਨਾਂ ਲੜੀਆਂ। ਮੈਂ ਪੋਲੀਟੀਕਲੀ ਬੜਾ ਚੇਤੰਨ ਸੀ ਪਹਿਲਾਂ ਤੋਂ, ਕਿਉਂਕਿ ਮੇਰੇ ਨਾਨਾ ਜੀ ਆਜ਼ਾਦੀ ਦੀ ਲੜਾਈ 'ਚ ਉਹਨਾਂ ਨੇ ਬਹੁਤ ਸਾਲ ਅੰਗਰੇਜ਼ਾਂ ਦੀ ਕੈਦ ਕੱਟੀ। ਮੇਰੇ ਪਿਤਾ ਜੀ ਪੋਲੀਟੀਕਲੀ ਐਕਟਿਵ ਸਨ, ਪਹਿਲਾਂ ਅਕਾਲੀ ਸੀ, ਫਿਰ ਕਾਂਗਰਸ ਦੇ ਵਰਕਰ ਸਨ ਆਜ਼ਾਦੀ ਤੋਂ ਪਹਿਲਾਂ। ਅਤੇ ਉਹਨਾਂ ਦੇ ਨਾਲ ਰਹਿ ਕੇ ਮੈਂ ਪੜ੍ਹਿਆ ਨਾਨਾ ਜੀ ਕੋਲ। ਮੈਂ ਪਹਿਲੇ 4 ਸਾਲ ਦੀ ਪੜ੍ਹਾਈ ਕੀਤੀ ਪ੍ਰਾਇਮਰੀ ਸਕੂਲ ਦੀ, ਆਪਣੇ ਪਿਤਾ ਜੀ ਦੇ ਚਲਾਇਓ ਸਕੂਲ ਦੇ ਵਿੱਚ, ਰੈਗੂਲਰ ਸਕੂਲ ਦੇ ਵਿੱਚ 6ਵੀਂ ਤੋਂ 10ਵੀਂ ਕੀਤੀ। ਉਹਨਾਂ ਦਿਨਾਂ ਦੇ ਵਿੱਚ ਮੈਨੂੰ ਬਹੁਤ ਸਾਰੇ ਪੋਲੀਟੀਸ਼ੀਅਨਸ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ 'ਚ ਹਿੱਸਾ ਲਿਆ ਸੀ। ਉਹ ਸਮਾਂ ਜਿਹੜਾ ਸੀ ਨਾ, ਉਹ ਅੱਜ ਵਾਲੀ ਪੋਲੀਟਿਕਸ ਦਾ ਸਮਾਂ ਨਹੀਂ ਸੀ, ਉਹ ਅਜੇ ਆਜ਼ਾਦੀ 'ਚੋਂ ਨਿਕਲਿਆ ਸੀ। ਅਤੇ ਉਸ ਵੇਲੇ ਲੋਕਾਂ ਦੀਆਂ ਬਹੁਤ ਸਾਰੀਆਂ ਆਸਾਂ ਸਨ, ਕਰਪਸ਼ਨ ਬਿਲਕੁਲ ਹੀ ਹੈ ਨਾ ਸੀ, ਸਿਫਾਰਿਸ਼ ਥੋੜ੍ਹੀ ਬਹੁਤੀ ਚੱਲਦੀ ਸੀ, ਉਹ ਵੀ ਜਾਇਜ਼ ਕੰਮ ਲਈ। ਅਤੇ ਲੋਕਾਂ ਦੇ ਜਿਹੜੇ ਆਸ਼ੇ ਸੀ, ਤਾਂ ਮੁਲਕ ਦੇ ਜਿਹੜੇ ਆਸ਼ੇ ਸੀ, ਬੜੇ ਉੱਚੇ ਸਨ, ਟੀਚੇ ਉੱਚੇ ਸਨ। ਅਤੇ ਮੈਂ ਉੱਦਾਂ ਦੇ ਵਾਤਾਵਰਣ 'ਚੋਂ, ਉੱਥੇ ਨੌਜਵਾਨ ਸਭਾ ਵੀ ਸਾਡੇ ਪਿੰਡ ਬਣੀ ਸੀ, ਮੈਂ ਉਹਦਾ ਮੈਂਬਰ ਵੀ ਸੀ। ਮੈਂ ਇੰਗਲੈਂਡ ਆ ਕੇ ਜਦੋਂ ਆਇਆ, ਉੱਥੇ ਅਸੀਂ ਨੌਜਵਾਨ ਸਭਾ ਬਣਾਈ ਸੀ, ਜਿਹਦੇ ਵਿੱਚ ਅਸੀਂ ਇੰਟੀਗ੍ਰੇਸ਼ਨ ਦੇ ਮਸਲੇ ਜਿਹੜੇ ਸੀ ਉਸ ਸਮਾਜ ਦੇ ਵਿੱਚ ਇਮੀਗ੍ਰੈਂਟਸ ਦੇ, ਉਹਨਾਂ ਨਾਲ ਅਸੀਂ ਪੇਸ਼ ਆਉਂਦੇ ਸੀ। ਕੈਨੇਡਾ ਆ ਕੇ ਜਦੋਂ ਮੈਂ ਆਇਆ, ਤਾਂ ਮੈਂ ਮਿਲ 'ਚ ਕੰਮ ਕਰਨ ਲੱਗ ਪਿਆ। ਉਹਦੇ ਨਾਲ ਮੈਂ ਲੰਬਰ, ਜਿਹੜੀ ਲੰਬਰ ਵਰਕਰਸ ਯੂਨੀਅਨ ਸੀ, ਇੰਟਰਨੈਸ਼ਨਲ ਵੁੱਡ ਵਰਕਰਸ ਯੂਨੀਅਨ, ਉਹਦਾ ਮੈਂਬਰ ਬਣ ਗਿਆ। ਉਹਦਾ NDP ਨਾਲ ਸੰਬੰਧ ਸੀ, ਅਤੇ ਮੈਂ ਆਲਰੇਡੀ ਐਕਟਿਵਿਸਟ ਸੀ ਇਹਨਾਂ ਸਧਾਰਨ ਇਸ਼ੂਜ਼ ਦੇ ਉੱਤੇ, ਇਕੁਆਲਿਟੀ ਵਾਲੇ ਇਸ਼ੂਜ਼ ਦੇ ਉੱਤੇ। ਨਾਲ ਨਾਲ ਫਿਰ ਮੈਂ ਫਾਰਮ ਵਰਕਰਸ, ਜੈਨੀਟੋਰੀਅਲ ਵਰਕਰਸ, ਡੋਮੈਸਟਿਕ ਵਰਕਰਸ, ਜਿਨ੍ਹਾਂ ਦੇ ਬਹੁਤੇ ਹੱਕ ਨਹੀਂ ਹੁੰਦੇ ਸਨ ਉਸ ਜ਼ਮਾਨੇ 'ਚ, ਉਹਨਾਂ ਦੇ ਹੱਕਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਕਿਉਂਕਿ ਮੈਂ ਪੋਲੀਟਿਕਸ, ਐਕਚੁਲੀ ਜਦੋਂ ਤੋਂ ਮੇਰੀ ਸੁਰਤ ਆ, ਮੈਂ ਪੋਲੀਟਿਕਸ ਦੇ ਵਿੱਚ, ਮੇਰਾ ਇੰਟਰਸਟ ਉਦੋਂ ਤੋਂ ਹੀ ਆ, ਕਿਉਂਕਿ ਮੇਰੇ ਜਿਹੜੇ ਬਜ਼ੁਰਗ ਸਨ ਉਹ ਐਕਟਿਵਿਸਟ ਸਨ, ਅਤੇ ਮੈਂ ਵੀ ਇੱਕ ਐਕਟਿਵਿਸਟ ਦੇ ਤੌਰ 'ਤੇ ਆਪਣੇ ਆਪ ਨੂੰ ਜਾਣਦਾ। ਬਾਕੀ ਤਾਂ ਪੋਜੀਸ਼ਨਸ ਹੁੰਦੀਆਂ, ਆਈ ਐਮ ਐਕਚੁਲੀ ਐਟ ਹਾਰਟ ਐਨ ਐਕਟਿਵਿਸਟ, ਆਈ ਵਾਂਟ ਟੂ ਚੇਂਜ ਦ ਵਰਲਡ ਟੂ ਮੇਕ ਇਟ ਅ ਬੈਟਰ ਪਲੇਸ। ਅਤੇ ਜ਼ਰੂਰੀ ਨਹੀਂ ਤੁਸੀਂ ਇਲੈਕਸ਼ਨ ਨਾਲ ਹੀ ਕਰ ਸਕਦੇ ਹੋ, ਇਲੈਕਸ਼ਨ ਤੋਂ ਬਿਨਾਂ ਵੀ ਤੁਸੀਂ ਕਰ ਸਕਦੇ ਹੋ। ਪਰ ਜਦੋਂ ਮੈਂ ਆਇਆ ਇੱਥੇ, ਤਾਂ ਆ ਕੇ ਮੈਂ ਇੱਥੇ ਮਿਲ 'ਚ ਕੰਮ ਕੀਤਾ, ਅਤੇ ਨਾਲ ਨਾਲ ਮੈਂ
नाइट स्कूल गया, फिर मैं बीए की, फिर मैं लॉ किया। तो जो मैं लॉ किया उदों तक मैं जड़े से डोमेस्टिक वर्करस, जेनेटोरियल वर्करस, फार्म वर्कर, इन्हों तिना के मामलों पर काम कर चुका सी एज एन एक्टिविस्ट जी, संस्थावां दे नाल जां संस्थावां तो बिना। आप जाके फार्म्स दे उत्ते इन्वेस्टिगेशन कीते भेस बदल के कि इत्थे लोगों की हालत की है काम करने वाले की। सो इहो जिही जिंदगी चो लंघ के मैं अजे वकालत शुरू की सी जदों मैं पार्टी का मैंबर सी NDP का जी, तो मैनू कुछ व्यक्तियों ने कहा उस पार्टी के जिहड़े एग्जैक्टिव दे मैंबर सी उस हल्के दे पुराने बजुर्ग नॉन इंडियंस दो मेरे को आए, क्योंकि मैं फार्म वर्करस के मामले पर बोलता सी रेडियोज़ वगैरह से, जो मेन स्ट्रीम रेडियोज या टैलीविजन से जाता हूँ, तो उन्होंने नज़र सी वे एक आदमी बोलन चलन वाला मसलों पर गल करने वाला। उन्होंने मैं आके अर्ज की कि मैं नॉमीनेशन लई लड़ा, तो मैं पहली दफ़ा 1979 नॉमीनेशन लड़ी जी। मैं हारिया, नॉमीनेशन जीती लेकिन इलैक्शन हार गया। फिर 83 इलैक्शन लड़ी, फिर वह भी हार गया। फिर 84-85 दे विच जिहड़ा अतवाद का दौर आया उहदे विच अतवाद के खिलाफ जदोजहद की, तो फिर मेरा कोई इरादा नहीं सी इलैक्शन लड़न का। फिर एक घटना हुई मेरी जिंदगी 1989 दे विच, जिहदे करके मैं दोबारा सोचा कि जे मैं अज ना लड़िया तो मैनू खास करके जिहड़े अतवादी ने ते वक्खवादी ने मैनू कहणगे मर गया, क्योंकि तुहानू जिंदगी कोई काम करन लई ये परसैप्शन होनी चाहिए भी मनुख जींदा। बिल्कुल, जे परसैप्शन हो जाए मनुख मर गया तो फिर तुसी कोई काम नहीं कर सकते जी। लेकिन उस वेले एक अपने आप नू जींदा साबित करन लई मैं नॉमीनेशन की लड़ाई लड़ी जी। जी, और इलेक्शन तो पहला तुसी समाजिक कामां दे विच जिस तरह काफ़ी ज़्यादा इनवॉल्व रहे हो, और थोड़ी बहुत झलक तुसी दिती है सानू अपनी स्ट्रगलिंग पीरियड दी। हर किसी का एक स्ट्रगल पीरियड होंदा है, खास करके इमीग्रेंट्स का जिहड़ा स्ट्रगलिंग टाइम होंदा है बहुत होंदा है। तुहाडा किस तरह का सीगा विस्तार च जानना चाहवांगे, नाल ही की तुसी इत्थे आ के एज एन इमीग्रेंट रेसिज़म भी फेस किया? देखो, इंग्लैंड दे विच रेसिज़म सी, जदों कैनेडा च आया तो कैनेडा दे विच इंग्लैंड नालों घट रेसिज़म सी, क्योंकि कैनेडा दे विच परसैप्शन जनरली सी कि कैनेडा इमीग्रेंटों का मुल्क है। लेकिन सच्चाई ये है कि कैनेडा इमीग्रेंटों का मुल्क नहीं, क्योंकि कैनेडा फर्स्ट नेशनस का मुल्क है, वो बहुत चिर पहले इतने आए। लेकिन जो बाकी लोग सारे ही है, चिट्टे या नहीं चिट्टे, वो सारे जड़े वो इमीग्रेंट है, जो अज आया कोई 500 साल पहला आया। सो इस करके थोड़ी जी ज़्यादा तुहानू इंटीग्रेट होने की चांसिज आ, पॉसिबिलिटीज आ, ओपननैस आ, ते तुसी महसूस करते हैं कि जिदा तुहाडा मुल्क है उदा का ही है बाकियों का मुल्क है। तो इस करके थोड़ा जिहा तुसी नेड़ता महसूस करते हैं इतों के मसलों लई, इतों के समाज लई, क्योंकि इनकलूसिव समाज है। इंग्लैंड नालों उस वेले इनकलूसिव समाज सी, ते लेकिन ये नहीं कहते इत्थे प्रॉब्लम्स नहीं सी। इट हैड रेसिज़म, इट हैड इट्स ओन प्रॉब्लम्स, लेकिन अज का जिहड़ा समाज आ वो 50 साल के समाज नालों बहुत वधिया। मैं 68 च इत्थे आया, तो अज का समाज जिहड़ा 50 साल च बहुत चेंज होया जी, जी। क्योंकि जदों मैं 68 च अजे सानू 15 ही साल होए सी, डॉक्टर बनने की इजाजत मिली सी, इंजीनियर बनने की इजाजत मिली सी, ते लॉयर बनने की प्रोफेशन के इजाजत मिली सी। साढ़े को वोट का हक भी 1947 च मिलिया। सो मैं 21 साल बाद मैं इत्थे आया। सो मतलब वो जड़ियाँ वो जिहड़ा समाज सी ना, अज वर्गा समाज नहीं। अज तो हुण असीं आउने आ ते साढ़े को बहुत कुछ है बराबरता के हिसाब के नाल। उदों अजे नवी नवी बराबरता जिहड़ी सी मिली सी, और जिहड़े लोग अजे जींदे सी इत्थे जिहड़े इमीग्रेंट आए हुए सी साढ़े, वो तुहानू कहानियां दस सी वो किन्ने औखे हो के किन्ने ऑटोआ के चक्कर ला के उन्होंने वोट का हक लिया सी, जां अपने परिवारां नू इत्थे मगाउण का हक लिया सी। तो वो जिहड़ी चीज़ मैं इहोजे परिवार के इमीग्रेंट बन के आया, अपनी मासी जी के परिवार जिन्हों का इत्थे दी गदर पार्टी नाल संबंध सी पुराने जमाने, गदर पार्टी नॉर्थ अमेरिका के वैसट कोस्ट तो इकट्ठे हो के हिंदुस्तान की आज़ादी की लड़ाई लड़न गए सी 1910 ते 1920 के दो दहाकों के। मैं उस परिवार च इमीग्रेंट आया इत्थे, मेरे मासी जी का परिवार, ते उदों तो मैंने बहुत सारा कुछ मिलिया। उन्होंने को एक किस्म की लाइब्रेरी सी पुरानियां क्लिपिंग्स दी, पुरानी हिस्ट्री दी, लीफलेट्स दी, कि इत्थे साडी जिंदगी दी जद्दोजहद किदां चली आ। सो मैं सियासत चो आया सी एक किस्म का, हक्कां दी सियासत चो, ते हक्कां दी सियासत च इत्थे आ गया।
मेरे लिए जिहड़ी सियासत है ना, वो ताकत नहीं है। सियासत एक समाज नूं बदलन दा ढंग है जां तरीका है। तुसीं होर तरीके नाल भी बदल सकदे हो। बिल्कुल बिल्कुल बिल्कुल। और तुसीं अपना स्ट्रगल पीरियड साडे नाल डिस्कस कीता डेफिनेटली, पर कदी ऐसा कोई मूमेंट सी व्हेन यू एक्चुअली वांटेड टू एस्केप फ्रॉम ऑल दिस फ्रॉम कैनेडा from struggle from racism ya jada vi tusi atwad da zikr kita hai was there a point when you wanted to escape mainu zindagi ch jati taur te jadon main england si ek dafa mere te teddy boys nu kehnde hunde si bade bade boot paaye hunde si ganje sir hunde si chote chote baal te unna ne ek vari mere te hamla kar ditta main tur janda si kyunki oh sare jehde rangdar log si unna te hamle karde si 1966 di gall hai bedford de vich england ch ते मैं पाकी पाकी कह के फिर लोगों ने चिटे लोगों ने मैं आके छुड़ाया। सो रेसिज्म जां परसैप्शन जिहड़ी लोगों के दिमाग हैगी है ते अजे भी ग्लास सीलिंग्स हैगियां बहुत जगह औरतों ले भी विजिबल मिनोरिटीज़ ले भी सारा रेसिज्म दूर नहीं हुआ। तो दूजी गल जो रेसिज्म है ना जो डिस्क्रिमिनेशन है किसी किस्म का भी वो सारी दुनिया एक्चुअली उसकी शिकार है। जी तो मैं समझना कैनेडा बहुत मुल्कों नालों घट शिकार है उस चीज़ का। जी जी, जिस तरह तुम कैनेडा लैंड हुए थे लेट 60s के बीच उदों आई थिंक जो कामागाटा मरू का इंसीडेंट सीगा वो एज कंपेरेटिवली अज के मुकाबले उदों ताज़ा सी एंड 1947 के सानू इमीग्रेंट्स में जो है वोटों का अधिकार भी मिलया सी। पर तुहानू की लगता है जो अज का कैनेडा है और जो उस वेले का कैनेडा सी उहदे विच कितना फर्क आया? डू यू थिंक कैनेडा इज बैटर दैन बिफोर? ओह ऑफ कोर्स इट्स बैटर दैन बिफोर। देखो तुहाडे हज़ारा ही डॉक्टर आ, हज़ारा ही वकील आक्रॉस कैनेडा, तुहाडे डजनस एम पी एम एल ए हैगे आ, मिनिस्टर हैगे आ वक्रे वक्रे सूबे केंद्र च, तुसी तुहाडे कोल बिजनेस वड्डे वड्डे ने, प्रोफेशनस दे विच तुहाडी तरक्की आ, अगे नालों बहुत इनकलूसिव आ, साडी अगे नालों ज़्यादा कंट्रीब्यूशन ज़्यादा साडी इनवॉल्वमेंट है इन्हां चीज़ों दे विच। सो कैनेडा अगे नालों बहुत वधिया, लेकिन जदों मैं आया तो उदों 1953 च साडा पहला वकील बनिया सी। जी वो दो तीन पुराने वकील इत्थे हुंदे सी, एक जने इमीग्रेशन के मामले ते बहुत लोगों की मदद की सी, एक मेरे मासी के परिवार चों सी वो पुराना वकील सी इत्थे, ते एक इत्थों दा जंपल बच्चा जिहड़ा इंडिया चले गया सी इत्थे आके मुड़ के वकील बनिया, मैनूं उहदा नाम हुण भुल गया, वह भी वकील सी पुराने वकील, उस बिशप धारनी उहदा नाम सी, ते वह तीन वकील सन सारे। तो जो मैं फिर लॉ स्कूल गया तो फिर अपने वॉलीओपो कोर्ट ऑफ अपील के जज बने से बीसी उदो वो वकील होंगे से, मैं आर्टिकल्स करता हूँ जो जिदन उन्होंने पहली दफा काउंटी कोर्ट के मैंबर बने वो, फिर बाद सुप्रीम कोर्ट के काउंटी कोर्ट के 83 मैंबर बने, उदो सारे ब्रिटिश कोलंबिया मेरा ख्याल 43 या 44 वकील से साउथ एशियन मूल दे। तो हूँ मेरे ख्याल ब्रिटिश कोलंबिया 2000 वकील होना साउथ एशियन मूल का। सो असी साड़ी गिनती भी वधी है, असी तरक्की भी अगे बहुत वधिया की है, कैनेडा अगे नो मोर इनकलूसिव है। जी जी जी, असी अपनी गलबात का सिलसिला जारी रखांगे, पर फिलहाल समा हो गया है ब्रेक का, ब्रेक तो बाद जल्द हाजिर होते हैं। ब्रेक तो बाद थोड़े सारे का एक बार फिर तो स्वागत है, गलबात चल रही है ऑनरेबल उज्जवल देव सिंह दसांझ के नाल। थोड़े तो असं जानना चाहवांगे कि कैनेडा की जो असं गल करिए तो पिछले 50 साल कि फर्क देखा है कैनेडा दे विच इंडियन कल्चर या पंजाबी कल्चर नू कह सकते हैं कि प्रमोट होंदे आ देखा है? देखो मैं थोड़ा डिफर करदा कल्चर के मामले से बाकी सदा कई चंगी ना लगे मेरी गल, जदों मैं आया कैनेडा तो कैनेडा जो हिंदुस्तानी सन वो बड़े इंटीग्रेट हुए सन, तुसी गुरुद्वारे औरतां पैंट्स या स्कर्ट्स पा के भी जांदियां सी, गुरुद्वारे नंगे सिर जांदे सी क्योंकि पुराने जमाने इत्थे ये पहली रवायत पई सी कि क्योंकि चर्चिस दे विच लोग नंगे सिर जांदे आ, जिहड़ा आदमी गुरुद्वारे नंगे सिर आना चाहुंदा रिस्पैक्ट दे नाल आ सकदा, जिहड़ा पग बन्ह के आना सिर ढक के आना चाहुंदा सिर ढक के आ सकदा। सो मतलब दे बिकेम कनेडियनस 1908 पहला गुरुद्वारा बनया सी वैनकूवर दे विच, ते ओ तो पहला स्टॉकटन नॉर्थ अमेरिका यूएस दे विच गुरुद्वारा बनया सी, ते उन्होंने एक्चुअली कुर्सियां सीमेंट दे विच गड़ दित्तियां सी,
ਉੱਤੇ ਗੁਰੂ ਗ੍ਰੰਥ ਸਾਹਿਬ ਸਟੇਜ 'ਤੇ ਰੱਖਿਆ ਹੁੰਦਾ ਸੀ, ਉੱਤੇ ਥੱਲੇ ਕੁਰਸੀਆਂ ਗੜਤੀਆਂ ਸੀ ਸਮੈਂਟ ਦੇ ਵਿੱਚ, ਅਤੇ ਉੱਥੇ ਲੋਕ ਨੰਗੇ ਸਿਰ ਜੁੱਤੀਆਂ ਸਣੇ ਜਾਂ ਟੋਪੀਆਂ ਲੈ ਕੇ ਜਿੱਦਾਂ ਵੀ ਬਹਿਣਾ ਬਹਿ ਸਕਦੇ ਸੀ। ਦੇ ਵਰ ਟਰਾਇੰਗ ਟੂ ਇੰਟੀਗ੍ਰੇਟ ਇਨ ਟੂ ਸੋਸਾਇਟੀ, ਨੋਟ ਗਿਵ ਅਪ ਬਟ ਚੇਂਜ ਦ ਥਿੰਗਸ ਅ ਲਿਟਲ ਬਿਟ, ਨੋਟ ਗਿਵ ਅਪ ਰਿਸਪੈਕਟ। ਲੇਕਿਨ ਹੁਣ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਮਨੁੱਖ 15ਵੀਂ ਸਦੀ ਵਾਲੇ ਕੱਪੜੇ ਇੱਥੇ ਆ ਕੇ ਪਾਵੇ, ਹਿੰਦੁਸਤਾਨੀ 15ਵੀਂ ਸਦੀ ਦੇ ਕੱਪੜੇ ਜਾਂ 15ਵੀਂ ਸਦੀ ਵਰਗੀਆਂ ਗੱਲਾਂ ਕਰੇ, ਉਹ ਜ਼ਿਆਦਾ ਹਿੰਦੁਸਤਾਨੀ ਆ, ਅਤੇ ਜਿਹੜਾ ਮੇਰੇ ਵਾਂਗੂ ਸਧਾਰਨ ਆਦਮੀ ਤੁਰਿਆ ਜਾਂਦਾ ਉਹ ਸ਼ਾਇਦ ਘੱਟ ਹਿੰਦੁਸਤਾਨੀ ਆ। ਹਿੰਦੁਸਤਾਨੀ ਹਿੰਦੁਸਤਾਨੀ ਕੱਪੜੇ ਪਾਉਣ ਨਾਲ ਹੀ ਬਣਦਾ, ਜ਼ਬਾਨ ਬੋਲਣ ਨਾਲ ਨਹੀਂ ਬਣਦਾ। ਜੇ ਤੁਹਾਨੂੰ ਆਪਣੀ ਸੱਭਿਅਤਾ ਦੀ ਐਪਰੀਸੀਏਸ਼ਨ ਹੈ, ਤੁਹਾਡੀ ਇੰਨੀ ਏਨਸ਼ੀਅੰਟ ਸਿਵਲਾਈਜੇਸ਼ਨ ਐਜ਼ ਇੰਡੀਅਨਸ, ਨੋਟ ਜਸਟ ਐਜ਼ ਪੰਜਾਬੀਜ਼, ਐਜ਼ ਇੰਡੀਅਨਸ, ਤੁਹਾਡੀ ਇੰਨੀ ਏਨਸ਼ੀਅੰਟ ਸਿਵਲਾਈਜੇਸ਼ਨ ਹੈ, ਜੇ ਤੁਹਾਨੂੰ ਉਹਦਾ ਮਾਣ ਆ, ਜੇ ਤੁਹਾਨੂੰ ਉਹਦਾ ਪਤਾ ਆ, ਜੇ ਤੁਹਾਨੂੰ ਉਹਦੇ ਸਾਰੇ ਹਿਸਟੋਰੀਕਲ ਫੈਕਟਸ ਦਾ ਪਤਾ ਪਿਆ, ਅਸੀਂ ਕਿੱਥੋਂ ਆਏ ਹਾਂ, ਸਾਡਾ ਕੰਪੋਜ਼ਿਟ ਕਲਚਰ, ਸਾਡਾ ਸਾਂਝਾ ਕਲਚਰ ਕੀ ਆ, ਤਾਂ ਫਿਰ ਅਸੀਂ ਜਿਹੜੀ ਆ ਪਿੱਛੇ ਨੂੰ ਜਾਣ ਵਾਲੀ ਗੱਲ ਆ ਨਾ, 15ਵੀਂ ਸਦੀ ਵਾਲੇ ਕੱਪੜੇ ਪਾਉਂਦੇ ਜਾਂ 17ਵੀਂ ਸਦੀ ਵਾਲੇ ਕੱਪੜੇ ਪਾਉਂਦੇ ਜਾਂ ਉਹ ਕੱਪੜੇ ਪਾਉਂਦੇ ਜਿਹੜੇ ਅੱਜ ਤੋਂ 50 ਸਾਲ ਪਹਿਲਾਂ ਪੰਜਾਬ 'ਚ ਲੋਕ ਪਾਉਂਦੇ ਸੀ, ਜਿਹੜੇ ਅੱਜ ਨਹੀਂ ਪਾਉਂਦੇ, ਮੈਂ ਸਮਝਦਾ ਉਹ ਕਲਚਰਲ ਬੈਕਵਰਡਨੈਸ ਹੈ। ਕਿਉਂਕਿ ਹੁਣ ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾਂਦੇ ਆ, ਉਹ ਕੱਪੜੇ ਨਹੀਂ ਪਾਉਂਦੇ ਪੰਜਾਬ ਦੇ ਪਿੰਡਾਂ 'ਚ, ਜਿਹੜੇ ਪੰਜਾਬ ਦੇ ਪਿੰਡਾਂ 'ਚ ਮੇਰੇ ਵੇਲੇ 1964 'ਚ ਕੱਪੜੇ ਪਾਉਂਦੇ ਸੀ ਜਦੋਂ ਮੈਂ ਆਇਆ। ਜੀ ਜੀ ਬਿਲਕੁਲ। ਸੋ ਪੰਜਾਬ ਜਾਂ ਹਿੰਦੁਸਤਾਨ ਬਦਲ ਰਿਹਾ, ਅਤੇ ਸਾਡੇ 'ਚ ਕੁਛ ਇਹੋ ਜਿਹੇ ਅੰਸ਼ ਆ ਜਿਹੜੇ ਸਾਨੂੰ ਪਿੱਛੇ ਨੂੰ ਲੈ ਕੇ ਜਾ ਰਹੇ ਆ, ਆਈਡੀਆਜ਼ ਦੇ ਤੌਰ 'ਤੇ, ਡਰੈਸ ਦੇ ਤੌਰ 'ਤੇ, ਬੋਲਣ ਦੇ ਤੌਰ 'ਤੇ, ਰਾਦਰ ਦੈਨ ਇੰਟੀਗ੍ਰੇਟਿੰਗ ਇਨ ਟੂ ਦਿਸ ਸੋਸਾਇਟੀ, ਬਿਕਮਿੰਗ ਐਨ ਵੈਰੀ ਟਾਈਟ ਇੰਟੈਗਰੋ ਪਾਰਟ ਆਫ ਇਟ, ਵੀ ਆਰ ਆਈਸੋਲੇਟਿੰਗ ਆਰਸੈਲਵਸ ਇਨ ਟੂ ਗੈਟੋਸ, ਇਨ ਟੂ ਆਈਲੈਂਡਸ ਐਂਡ ਟੂ ਆਰਸੈਲਵਸ। ਸੋ ਮੈਂ ਸਮਝਦਾ ਵੀ ਉਹ ਜਿਹੜੀ ਚੀਜ਼ ਹੈ ਉਹ ਸਾਡੇ ਸਮਾਜ ਲਈ ਸਾਨੂੰ ਤੰਗ ਕਰੂਗੀ ਅੱਗੇ ਜਾ ਕੇ, ਕਿਉਂਕਿ ਅਸੀਂ ਸਾਡਾ ਜਿਹੜਾ ਸਾਡੇ ਆਉਣ ਵਾਲੀਆਂ ਨਸਲਾਂ ਦਾ ਕੁਛ ਲੋਕਾਂ ਦਾ ਨਾਤਾ ਜਿਹੜਾ ਇਸ ਸਮਾਜ ਨਾਲ ਟੁੱਟ ਜਾਊਗਾ, ਉਹ ਖਿਆਲਾਂ 'ਚ ਹੋਰ ਦੁਨੀਆ 'ਚ ਰਹਿਣਗੇ, ਇਕਨੋਮਿਕਲੀ ਮਟੀਰੀਅਲੀ ਇੱਥੇ ਰਹਿਣਗੇ, ਦਿਮਾਗੀ ਤੌਰ 'ਤੇ ਹੋਰ ਕਿਤੇ ਰਹਿਣਗੇ। ਜਿਹੜੀ ਇਹੋ ਜਿਹੀ ਐਗਜ਼ਿਸਟੈਂਸ ਆ, ਰੂਟਲੈਸ ਐਗਜ਼ਿਸਟੈਂਸ, ਉਹ ਮੇਰੇ ਖਿਆਲ ਬਹੁਤੀ ਚੰਗੀ ਨਹੀਂ ਸਾਡੇ ਲਈ ਜਾਂ ਕੈਨੇਡਾ ਲਈ। ਜੀ ਜੀ, ਤੁਸੀਂ ਰੀਸੈਂਟਲੀ ਇੱਕ ਸਟੇਟਮੈਂਟ ਦਿੱਤੀ ਸੀ, ਡਾਇਵਰਸਿਟੀ ਇਜ਼ ਨੋਟ ਯੈਟ ਸਟਰੈਂਥ ਇਨ ਕੈਨੇਡਾ, ਵਾਟ ਡੂ ਯੂ ਥਿੰਕ ਸੋ? ਓ ਨੋ, ਮੈਂ ਉਹ ਸਟੇਟਮੈਂਟ ਇਹ ਸੀ, ਡਾਇਵਰਸਿਟੀ ਇਨ ਇਟਸੈਲਫ ਇਜ਼ਨਟ ਸਟਰੈਂਥ, ਡਾਇਵਰਸਿਟੀ ਪ੍ਰੋਪਰਲੀ ਪ੍ਰੈਕਟਿਸਡ ਇਜ਼ ਸਟਰੈਂਥ। ਜੀ, ਡਾਇਵਰਸਿਟੀ ਪ੍ਰੋਪਰਲੀ ਪ੍ਰੈਕਟਿਸਡ ਮੀਨਸ ਦੈਟ ਯੂ ਕਮ ਟੂ ਕੈਨੇਡਾ, ਯੂ ਅਡੋਪਟ ਕੈਨੇਡੀਅਨ ਵੈਲਿਊਜ਼ ਆਫ ਇਕੁਆਲਿਟੀ, of acceptance, of diversity, of tolerating others' point of view and expressing your own, not killing someone based on differences of opinion, not hating someone because they are of a different faith, not, you know, not doing things that Canadians don't do. And you know, Canada is not a perfect society, but we obviously come to Canada because we think it's better in many respects. Yeah. And so diversity in itself, like if you think, you know, let's say, talk about honor killing. Ji. Honor killing happens in India. Ji, honor ji. Killing happens in many parts of the world, in Pakistan and other parts of the world. If you come to Canada and you say, you know, my women in my family, my sister, my daughter or my niece, or can't have the same equality that other Canadian men and women have, that somehow I have to keep her a slave and I have to tell her where to marry, who to marry, when to marry, what to study, what not to study, what to wear, what not to wear. If you want to do that, then you don't need to come to Canada. Like, that kind of diversity is not a strength. Diversity is a strength only when it's exercised and practiced properly. ਜੀ ਐਬਸੋਲੂਟਲੀ। ਤੁਹਾਡੀ ਕਿਤਾਬ ਦੀ ਗੱਲ ਕਰਾਂਗੇ, ਤੁਸੀਂ ਇੱਕ ਬੁੱਕ ਲਿਖੀ ਹੈ ਜਰਨੀ ਆਫਟਰ ਮਿਡਨਾਈਟ, ਵਿਚ ਕੈਪਚਰਸ ਯੋਰ ਲਾਈਫ ਟਾਈਮ ਐਕਸਪੀਰੀਅੰਸਿਸ, ਯੋਰ ਜਰਨੀ ਫਰੋਮ ਇੰਡੀਆ ਟੂ ਯੂ ਕੇ ਟੂ ਕੈਨੇਡਾ। ਲਿਖਣ ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਸੀ? ਮੈਂ ਛੋਟੇ ਹੁੰਦੇ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਅਤੇ ਮੇਰੇ ਪਿਤਾ ਜੀ ਨੇ ਮੇਰੀਆਂ ਦੋ ਕਵਿਤਾ ਅਤੇ ਗਜ਼ਲਾਂ ਦੀਆਂ ਅਤੇ ਰੁਬਾਈਆਂ ਦੀਆਂ ਕਾਪੀਆਂ ਪਾੜ ਦਿੱਤੀਆਂ, ਸੁੱਟ ਦਿੱਤੀਆਂ, ਅੱਗ ਐਕਚੁਲੀ ਅੱਗ ਲਾ ਦਿੱਤੀ ਸੀ, ਕਿ ਹੀ ਥਾਟ ਪਈ ਜਿਹੜੇ ਕਵੀ ਉਹ ਭੁੱਖੇ ਮਰਦੇ ਹੁੰਦੇ। I was in grade 8 and grade 9, and you're a kid, you can't argue. Udo baad main sari umar kade koi kavita likh lani, kade nahi likhni. So I wrote 300 or 400 poems over my life. They're still there somewhere. But I used to write editorials for the newspaper I worked with in England. And then I would write things from time to time when I was in politics, to argue things, pro or con.
and I, after I retired from politics, I started blogging. And I blog at ujjaldasanj.org and also at commentindia.com. I have two blog sites. And as a part of blogging, there was a publisher that was actually talking to me about writing a book, and right in the middle of negotiations, they went kind of under financially, and they were bought out. And then my wife and my friend Bob Ray ganged up on me and said, you know, you should write your own book. Why can't you write your own book? I could write, but there was a mental block somehow after retirement that perhaps I shouldn't write. So I wrote, and I thoroughly enjoyed it. Now I'm writing another book. ਤੁਹਾਡੀ ਇਹ ਵਾਲੀ ਕਿਤਾਬ ਕੰਟਰੋਵਰਸੀ ਦੇ ਵਿੱਚ ਰਹੀ ਹੈ ਵੀ ਵੁੱਡ ਲਾਈਕ ਟੂ ਨੋ ਵਾਈ ਇਟ ਵਾਸ ਇਨ ਕੰਟਰੋਵਰਸੀ ਇਫ ਇਟ ਐਕਚੁਅਲੀ ਹੈਜ਼ ਯੋਰ ਲਾਈਫ ਐਕਸਪੀਰੀਐਂਸਸ ਵੈਲ ਯੂ ਨੋ ਲੁੱਕ ਆਈ ਆਲਵੇਸ ਸੇ ਇਫ ਯੂ ਡੋਂਟ ਹੈਵ ਐਨੀ ਐਨੀਮੀਜ਼ ਯੂ ਹੈਵ ਨੋ ਫਰੈਂਡਸ ਜੀ To be able to have friends, you have to, enemies are essential. And I have always stood for things very clearly. Yes. I have never shied away from speaking out. Therefore, some people love me, other people hate me. I may disagree with people, but I never hate anybody. But you know, generally, I mean, that's part of the Canadian values. Canadian values teach you not to hate people or dislike people that you disagree with. But our culture, where we come from, there is this thing about that you are fanatics about your views sometimes. Not all of us, some of us. And I think we need to learn democracy. Democracy is the art of listening to the others and saying your own piece, fearlessly and frankly. And I you know, being controversial, in our culture at some times, when I first came to Canada, when I used to speak up bluntly and frankly about issues, they say, oh, you know, don't talk to him. He's very controversial. Like, I actually wear that as a badge of pride. Yeah. You're only controversial because you're trying to change things. Yes. You're trying to shake things up. And if that's what it means to be controversial, then that's wonderful. Yeah. I think you are a great example for youth and for our coming generation. Sade viewers know, sade coming generation know, youth know. To see, apne experience de mutabak, koi suneha dena chahoge. Follow your heart, speak your mind without fear. Thank you so much for joining us. It was really a pleasure talking to you, pleasure interviewing you. Thank you. Thank you. ਹੈਡਲਾਈਨ ਕੈਨੇਡਾ ਵਿੱਚ ਐਸੀ ਸਾਡੀ ਅੱਜ ਦੀ ਖਾਸ ਮੁਲਾਕਾਤ ਆਨਰੇਬਲ ਉਜਲਦੇਵ ਸਿੰਘ ਦਸਾਂਝ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਗੱਲਬਾਤ ਪਸੰਦ ਆਈ ਹੋਵੇਗੀ ਜੇ ਤੁਸੀਂ ਵੀ ਇਸ ਸੰਬੰਧੀ ਆਪਣਾ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.tv ਤੇ ਅਗਲੇ ਹਫ਼ਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੇਂ ਮਹਿਮਾਨ ਅਤੇ ਇੱਕ ਨਵੇਂ ਮੁੱਦੇ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ